Cascato qua per lì, che nessuno era Gesù. ਹਰਮ ਸ਼ਰੀਫ ਮੇ ਅਭੀ ਤਰਾਵੀ ਕੀ ਜਮਾਤ ਖਤਮ ਹੋਈ ਹੈ, ਤਰਾਵੀ ਮੁਕੰਮਲ ਹੋਈ ਹੈ, ਉਸਕੇ ਬਾਅਦ ਤਿੰਨ ਵਿਤਰ ਅਦਾ ਕੀਏ ਗਏ ਔਰ ਅਬ ਵਿਤਰ ਅਦਾ ਕਰਕੇ ਲੋਕ ਹਰਮ ਸ਼ਰੀਫ ਸੇ ਬਾਹਰ ਕੀ ਤਰਫ ਨਿਕਲ ਰਹੇ ਹੈ। ਇਹ ਗ੍ਰੀਨ ਲਾਈਟ ਸੇ ਤਮਾਮ ਗੇਟਸ ਕੇ ਨੰਬਰ ਲਿਖੇ ਗਏ ਹੈ। 79 ਨੰਬਰ ਗੇਟ ਹੈ ਜੋ ਆਪ ਦੇਖ ਸਕਤੇ ਹੈ, ਇਹ ਉਮਰਾ ਵਾਲੋਂ ਕੇ ਲੀਏ ਮੁਖਤਸ ਕੀਆ ਗਿਆ ਹੈ, ਯਾਨੀ ਕਿ ਜਿਸ ਬੰਦੇ ਨੇ ਅਹਿਰਾਮ ਪਹਿਨਾ ਹੈ ਔਰ ਵੋ ਉਮਰਾ ਕੀ ਨੀਅਤ ਸੇ ਜਾ ਰਹਾ ਹੈ, ਵੋ ਇਸ ਗੇਟ ਸੇ 79 ਨੰਬਰ ਗੇਟ ਸੇ ਅੰਦਰ ਹਰਮ ਸ਼ਰੀਫ ਮੇਂ ਐਂਟਰ ਹੋਗਾ ਔਰ ਵਹੀ ਬੰਦਾ ਮਤਾਫ ਮੇਂ ਜਾ ਸਕਤਾ ਹੈ। ਜੋ ਬੰਦਾ ਆਮ ਆਪਣੇ ਲਿਬਾਸ ਮੇਂ ਹੈ ਉਸਨੇ ਅਹਿਰਾਮ ਨਹੀਂ ਪਹਿਨਾ, ਵੋ ਬੰਦਾ ਮਤਾਫ ਮੇਂ ਨਹੀਂ ਜਾ ਸਕਦਾ। ਇਹ ਅਮਲ ਸਿਰਫ ਰਸ਼ ਕੀ ਵਜ੍ਹਾ ਸੇ ਕੀਆ ਗਿਆ ਤਾਂ ਕਿ ਆਵਾਮ ਕੋ ਰਸ਼ ਕੀ ਵਜ੍ਹਾ ਸੇ ਪਰੇਸ਼ਾਨੀ ਨਾ ਹੋ। ਮਾਸ਼ਾਅੱਲਾ ਲੋਕੋ ਕੀ ਬਹੁਤ ਬੜੀ ਤਾਦਾਦ ਜੋ ਇਸ ਵਕਤ ਹਰਮ ਸ਼ਰੀਫ ਸੇ ਤਰਾਵੀਆਂ ਅਦਾ ਕਰਕੇ ਨਿਕਲ ਰਹੀ ਹੈ। ਅੱਲਾ ਕਰੀਮ ਤਮਾਮ ਮੁਸਲਮਾਨੋਂ ਕੋ ਮੱਕਾ ਮੁਕਰਮਾ ਔਰ ਮਦੀਨਾ ਤੋਂ ਮੁਨੱਵਰਾ ਮੇਂ ਰਮਜ਼ਾਨ ਉਲ ਮੁਬਾਰਕ ਕੀ ਬਹਾਰ ਅਦਾ ਕਰਨਾ, ਹਮੇ ਵੀ ਸਭ ਕੋ ਤਮਾਮ ਮੁਸਲਮਾਨੋਂ ਕੋ ਯਹਾਂ ਨਮਾਜ਼ ਪੜ੍ਹਨੇ ਕੀ ਸਾਦਤ ਨਸੀਬ ਕਰਨਾ ਹੈ। ਅੱਲਾਹ ਤਾਲਾ ਕੀ ਬੜੀ ਹੀ ਬਰਕਤੇ ਬੜੀ ਹੀ ਰਹਿਮਤੇ ਨਾਜ਼ਿਲ ਹੋ ਰਹੀ ਹੈ। ਆਮ ਦਿਨੋਂ ਮੇਂ ਵੀ ਮੱਕਾ ਸ਼ਰੀਫ ਮੇਂ ਏਕ ਨਮਾਜ਼ ਪੜ੍ਹਨੇ ਕਾ ਸਵਾਬ, ਏਕ ਲਾਖ ਨਮਾਜ਼ ਪੜ੍ਹਨੇ ਕਾ ਸਵਾਬ ਹੈ ਔਰ ਅਭੀ ਰਮਜ਼ਾਨ ਉਲ ਮੁਬਾਰਕ ਹੈ ਤੋ ਰਮਜ਼ਾਨ ਉਲ ਮੁਬਾਰਕ ਮੇਂ ਹਰ ਸਵਾਬ ਕੋ ਅੱਲਾ ਕਰੀਮ 70 ਸੇ ਲੈ ਕੇ 700 ਗੁਣਾ ਤੱਕ ਬੜਾ ਦਿੱਤਾ ਹੈ। ਉਸਕੇ ਬਾਅਦ ਆਪ ਅਗਰ ਜਮਾਤ ਸੇ ਨਮਾਜ਼ ਪੜ੍ਹੇਂਗੇ ਤੋ 27 ਗੁਣਾ ਉਸਕਾ ਸਵਾਬ ਐਡ ਹੋ ਜਾਤਾ ਹੈ। ਆਪ ਮਿਸਵਾਕ ਕਰਕੇ ਨਮਾਜ਼ ਪੜ੍ਹੇਂਗੇ 27 ਗੁਣਾ ਉਸਕਾ ਸਵਾਬ ਐਡ ਹੋ ਜਾਏਗਾ। ਆਪ ਸਰ ਪਰ ਇਮਾਮਾ ਸ਼ਰੀਫ ਬਾਂਧ ਕਰ ਨਮਾਜ਼ ਪੜ੍ਹੇਂਗੇ ਉਸਕਾ ਸਵਾਬ ਐਡ ਹੋ ਜਾਏਗਾ। ਅੱਲਾ ਕਰੀਮ ਹਮ ਸਭ ਪਰ ਆਪਣੀ ਰਹਿਮਤ ਨਾਜ਼ਿਲ ਫਰਮਾਏ, ਹਮੇਂ ਬਰਕਤੇ ਅਤਾ ਫਰਮਾਏ। ਅੱਲਾ ਕਰੀਮ ਹਮਾਰੇ ਵਾਲਦੈਨ ਕੀ ਅਸਾਤਜ਼ਾ ਇਕਰਾਮ ਕੀ ਬਖਸ਼ਿਸ਼ ਫਰਮਾਏ। ਅੱਲਾ ਕਰੀਮ ਪਿਆਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਕੀ ਤਮਾਮ ਉਮਤ ਪਰ ਆਪਣੀ ਰਹਿਮਤ ਫਰਮਾਏ, ਤਮਾਮ ਉਮਤ ਕੀ ਬੇਹਿਸਾਬ ਬਖਸ਼ਿਸ਼ ਫਰਮਾਏ। ਯੇ ਸਾਊਦੀ ਅਰੇਬੀਆ ਕੀ ਸਭ ਸੇ ਮਸ਼ਹੂਰ ਫਾਰਮੇਸੀ ਹੈ ਅਲ ਨਾਹ